ਪੰਜਾਬ ਵਿੱਚ ਲਗਭਗ 2 ਮਹੀਨੇ ਪਹਿਲਾਂ ਸੱਤਾ ਵਿੱਚ ਆਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਨਸ਼ਾ ਅਤੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਗ੍ਰਹਿਣ ਲਾਉਣ ਦੀ ਕੋਸ਼ਿਸ਼ ਕਰਦਾ ਇੱਕ ਪਟਵਾਰੀ ਕੈਮਰੇ ਵਿੱਚ ਕੈਦ ਹੋ ਗਿਆ ਅਤੇ ਪਟਵਾਰੀ ਦੀ ਰਿਸ਼ਵਤ ਲੈਂਦਿਆਂ ਹੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ। ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਉਪਰੰਤ ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਨੇ ਇਹ ਘਟਨਾਕ੍ਰਮ ਸੰਬੰਧੀ SDM ਕੋਲ ਰਿਪੋਰਟ ਮੰਗੀ ਹੈ ਅਤੇ ਇਸ ਪਟਵਾਰੀ ਨੂੰ ਸਸਪੈਂਡ ਕਰਨ ਦੇ ਹੁਕਮ ਜਾਰੀ ਕੀਤੇ ਨੇ। ਜਾਣਕਾਰੀ ਮੁਤਾਬਿਕ ਰਣੀਆਂ ਨਿਵਾਸੀ ਸੁਰਜੀਤ ਸਿੰਘ ਨੇ ਡਿਪਟੀ ਕਮਿਸ਼ਨਰ ਮੋਗਾ ਨੂੰ ਕੀਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਉਸਨੇ ਆਪਣੇ ਨਾਮ ਤੇ ਜਾਤੀ ਸਰਟੀਫਿਕੇਟ ਬਣਾਉਣ ਲਈ ਅਪਲਾਈ ਕੀਤਾ ਸੀ ਅਤੇ ਇਸ ਕੰਮ ਲਈ ਹਲਕਾ ਪਟਵਾਰੀ ਦੀ ਰਿਪੋਰਟ ਜ਼ਰੂਰੀ ਸੀ। ਪਟਵਾਰੀ ਨੇ ਰਿਪੋਰਟ ਬਣਾਉਣ ਲਈ ਰਿਸ਼ਵਤ ਮੰਗੀ ਜਿਸਦੀ ਵੀਡੀਓ ਉਸਨੇ ਬਣਾ ਕੇ ਡਿਪਟੀ ਕਮਿਸ਼ਨਰ ਨੂੰ ਭੇਜ ਦਿੱਤੀ। ਫਿਲਹਾਲ ਪਟਵਾਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਅਤੇ ਜਾਂਚ ਮੁਕੰਮਲ ਹੋਣ ਉਪਰੰਤ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ। ਮੈਂ ਪੈਸੇ ਦੇ ਚੁੱਕਿਆ ਜੀ ਸੇਵਾ ਕੇਂਦਰ 'ਚ ਵੀ 110 ਰੁਪਏ ਦੇ ਚੁੱਕਿਆ ਹਾਂ ਪਹਿਲਾਂ, ਤਾਂ ਇਹ ਕਹਿੰਦੇ ਵੀ ਸਾਡੀ ਫੀਸ ਆਈ ਇਹ, ਅਤੇ ਜਦੋਂ ਮੈਂ ਕਹਿਤਾ ਵੀ ਮੈਂ ਨਹੀਂ ਦੇ ਸਕਦਾ ਜੀ ਤਾਂ ਮੈਨੂੰ ਮੇਰੇ ਡਾਕੂਮੈਂਟ ਸੈੱਟ ਤੇ ਜੀ ਮੇਰੇ ਕੋਲ, ਅਤੇ ਫਿਰ ਮੈਨੂੰ ਜੋ ਪੈਸੇ ਦਿੱਤੇ ਜੀ ਤਾਂ ਫਿਰ ਮੇਰਾ ਕੰਮ ਕਰਕੇ ਮੈਨੂੰ ਮੇਰੇ 10,000 ਵਾਪਸ ਕਰਤੇ। ਹਾਂਜੀ, ਮੈਨੂੰ ਪਹਿਲਾਂ ਹੀ ਪਤਾ ਸੀ ਵੀ ਇਹ ਪੈਸੇ ਮੰਗੂਗਾ ਜੀ ਮੇਥੋਂ, ਅਤੇ ਮੈਂ ਇਸ ਕਰਕੇ ਪਹਿਲਾਂ ਹੀ ਮੈਂ ਵਾਲਾ ਵੀਡੀਓ ਕੈਮਰਾ ਤਿਆਰ ਕਰਕੇ ਲੈ ਗਿਆ ਸੀ। ਮੈਂ ਇਨਸਾਫ ਚਾਹੁੰਦਾ ਵੀ ਇਹਨੂੰ ਵੀ ਸਸਪੈਂਡ ਕੀਤਾ ਜਾਵੇ ਜੀ, ਜਾਂ ਕੋਈ ਇਹਨੂੰ ਮਤਲਬ ਹੋਰ ਵਧੀਆ ਪਟਵਾਰੀ ਲਿਆਂਦਾ ਜਾਵੇ ਜੀ ਸਾਡੇ ਪਿੰਡ 'ਚ, ਤਾਂ ਕਿ ਮਤਲਬ ਇਸ ਤਰ੍ਹਾਂ ਦਾ ਅੱਗੇ ਤੋਂ ਕੋਈ ਵੀ ਕੰਮ ਨਾ ਹੋਵੇ। ਆਪਣੇ ਇੱਕ ਛੋਟੇ ਸੇ ਫਾਰਮ ਕੋ ਅਟੈਸਟ ਕਰਵਾਉਣ ਕੇ ਲਈ ਪਟਵਾਰੀ ਕੇ ਪਾਸ ਗਏ ਥੇ, ਜਿਸ ਮੇਂ ਉਨਸੇ ਉਨ੍ਹੋਂਨੇ 200 ਰੁਪਏ ਮਾਂਗੇ। ਇੱਕ ਵੀਡੀਓ ਜੋ ਸੋਸ਼ਲ ਮੀਡੀਆ ਪੇ ਵਾਇਰਲੀ ਸਰਕੂਲੇਟ ਹੋਇਆ ਹੈ, ਵੋ ਮੇਰੇ ਪਾਸ ਵੀ ਪਹੁੰਚਾ ਹੈ, ਮੈਨੇ ਦੇਖ ਲਿਆ ਹੈ। SDM ਨਿਹਾਲ ਸਿੰਘ ਵਾਲਾ ਕੀ ਡਿਊਟੀ ਲਗਾ ਦੀ ਗਈ ਹੈ ਕਿ ਪ੍ਰੀਲਿਮਿਨਰੀ ਰਿਪੋਰਟ ਜੋ ਹੈ ਉਸਕੀ ਜਾਂਚ ਕਰਕੇ ਆਜ ਸ਼ਾਮ ਸੇ ਪਹਿਲੇ ਹਮ ਲੋਗੋਂ ਕੋ ਭੇਜ ਦੇ। ਉਸ ਪ੍ਰੀਲਿਮਿਨਰੀ ਰਿਪੋਰਟ ਕੇ ਆਧਾਰ ਪੇ ਆਜ ਸ਼ਾਮ ਤੱਕ ਹਮ ਲੋਗ ਅਗਰ ਪਾਇਆ ਗਿਆ ਕਿ ਇਹ ਪਟਵਾਰੀ ਵਾਕਈ ਮੇਂ ਇਨਕੀ ਗਲਤੀ ਹੈ ਤੋ ਇਨਕੇ ਖਿਲਾਫ ਸਖਤ ਸਖਤ ਐਕਸ਼ਨ ਆਜ ਹੀ ਲੇ ਲਿਆ।